Abgang im Rindersinn! ਮੇਰੇ ਬੁਰੇ ਸਾਥੀਓ, ਮਾਨਣੀ ਸਾਹਿਬ ਹੈ ਹਰਦਿਆਲ ਜੀ, ਆਪਣੇ ਨਾਗਰਾ ਸਾਹਿਬ ਜੀ, ਪੀ ਜੀ ਕਿੱਦਾਂ ਨੇ ਬਾਕੀ ਤੁਸੀਂ ਮਨਲਾਲ ਜੀ, ਇਹ ਪਤਾ ਨਹੀਂ ਕਿੱਥੇ ਖੱਬੇ ਸੱਜੇ ਹੋ ਜਾਂਦੇ ਨੇ। ਅੱਜ ਸਾਡੇ ਵਜ਼ੀਰ ਸਾਹਿਬਾਂ ਨਹੀਂ ਆ ਸਕੇ, ਰਜ਼ੀਆ ਜੀ ਉਹ ਬਿਮਾਰ ਨੇ, ਲੇਕਿਨ ਉਹਨਾਂ ਨੇ ਆਉਣਾ ਸੀ, ਮੈਨੂੰ ਕਹਿੰਦੇ ਸੀ ਮੈਂ ਤੁਹਾਡੇ ਨਾਲ ਚੱਲਾਂਗੀ, ਲੇਕਿਨ ਮੈਂ ਕਿਹਾ ਸੀ ਕਿ ਬਿਮਾਰ ਹੋ ਤੁਸੀਂ ਨਾ ਆਓ। ਅਤੇ ਜਸਪ੍ਰੀਤ ਜੀ ਸਾਡੇ ਜਿਹੜੇ ਸੈਕਟਰੀ ਸਾਹਿਬਾਂ ਨੇ, ਜਿਨ੍ਹਾਂ ਨੇ ਸਾਰਾ ਆ ਪੂਰਾ ਆਪਣਾ ਸਾਰਾ ਪ੍ਰੋਜੈਕਟ ਜੋ ਹੈ ਇੱਥੇ ਆਪਣੇ ਪਟਿਆਲੇ ਹਲਕੇ ਦੇ ਫਤਿਹਗੜ੍ਹ ਸਾਹਿਬ ਦੇ ਇਹਨਾਂ ਨੇ ਬਣਾਏ ਨੇ, ਔਰ ਆਪ ਸਭ ਜੋ ਸੁਸ਼ੋਭਿਤ ਹੋ, ਮੇਰੇ ਪਾਰਟੀ ਦੇ ਸਾਥੀ ਹੋ, ਔਰ ਇਲਾਕੇ ਦੇ ਮੇਰੇ ਵੀਰੋ ਅਤੇ ਭੈਣੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਮੈਂ ਇਹਨਾਂ ਨਾਲ ਥੋੜ੍ਹਾ ਜਿਹਾ ਗੱਲਾਂ ਕਰਦਾ। ਇਹ ਮੈਨੂੰ ਕਹਿੰਦੇ ਨੇ ਕਿ ਸਿਹਤ ਠੀਕ ਰੱਖੋ, ਔਰ ਦੇਖੋ ਕਿੰਨੇ ਪਕੌੜੇ ਖਿਲਾਏ ਨੇ ਇਹਨਾਂ ਨੇ ਅੱਜ ਸਵੇਰੇ। ਅੱਜ ਅਸੀਂ ਇੱਕ ਬੜੇ ਖੁਸ਼ੀ ਦੇ ਮੌਕੇ 'ਤੇ ਉਰੇ ਪਹੁੰਚੇ ਹਾਂ। ਇੱਕ ਤਾਂ ਗੁਰੂ ਰਵਿਦਾਸ ਜੀ ਦੀ ਜਯੰਤੀ ਅੱਜ, ਪਹਿਲਾਂ ਤਾਂ ਉਹਨੂੰ ਤੁਹਾਨੂੰ ਸਾਰਿਆਂ ਨੂੰ ਉਸ 'ਤੇ ਵਧਾਈ ਹੋਵੇ, ਔਰ ਉਹੀ ਦਿਨ 'ਤੇ ਇੱਕ ਜਿਹੜੀ ਸਾਡੀ ਬਹੁਤ ਪੁਰਾਣੀ ਮੰਗ ਸੀ, ਤੁਹਾਨੂੰ ਪਤਾ ਹੈ ਮੈਂ ਮੰਡੌਲੀ ਕਦੋਂ ਆਇਆ ਸੀ ਪਹਿਲਾਂ, ਸਭ ਤੋਂ ਪਹਿਲਾਂ 1967 ਵਿੱਚ, ਜਦੋਂ ਮੇਰੇ ਮਾਤਾ ਜੀ ਇੱਥੋਂ ਪਾਰਲੀਮੈਂਟ ਲੜ ਰਹੇ ਸੀ, ਮੈਂ ਫੌਜ ਵਿੱਚ ਹੀ ਸੀ, ਫੌਜ ਵਾਲਿਆਂ ਦੀ ਇਜਾਜ਼ਤ ਨਹੀਂ ਕਿ ਆ ਕੇ ਇੱਥੇ ਕੋਈ ਇਲੈਕਸ਼ਨ ਨਾ ਲੜੋ, ਪਰ ਮੈਂ ਲੁੱਕ ਲੱਗ ਕੇ ਆ ਗਿਆ ਸੀ ਨਾਲ ਦੇਖਣ ਵਾਸਤੇ ਕੀ ਹੁੰਦਾ ਇਲੈਕਸ਼ਨਾਂ ਦੇ ਵਿੱਚ। ਔਰ ਨਿੱਕਾ ਜਿਹਾ ਪਿੰਡ ਹੁੰਦਾ ਸੀ, ਇਹ ਸਾਰਾ ਹੀ ਨਿੱਕਾ ਜਿਹਾ ਹੁੰਦਾ ਸੀ, ਅੱਜ ਮੈਂ ਆ ਰਿਹਾ ਸੀ ਪਛਾਣ ਹੀ ਆਉਂਦੇ ਕਿ ਕਿੱਡੇ ਕਿੱਡੇ ਆਪਣੇ ਪਿੰਡ ਬਣ ਗਏ। ਤੁਹਾਨੂੰ ਪਤਾ ਜ਼ੀਰਕਪੁਰ ਦਾ ਜਿਹੜਾ ਮੋੜ ਸੀ, ਚਾਰ ਘਰ ਚਾਰ ਹੁੰਦੇ, ਇੱਕ ਢਾਬਾ ਹੁੰਦਾ ਸੀ, ਚਾਰ ਕੁ ਘਰ ਹੁੰਦੇ ਸੀ, ਉਹ ਤਾਂ ਸਾਰਾ ਇੱਕ ਬਿਲਡਿੰਗਾਂ ਹੀ ਬਣ ਗਈਆਂ ਸਭ ਕੁਛ। ਆਹੀ ਜਿਹਾ ਹਾਲ ਇਹ ਹੋ ਰਿਹਾ, ਜਿਉਂ ਜਿਉਂ ਇਹ ਹਾਲ ਵੱਧਦਾ ਹੈ ਨਾ, ਜੈਸੇ ਆਪਣੇ ਬਿਲਡਿੰਗਾਂ ਬਣਦੀਆਂ ਨੇ, ਆਬਾਦੀ ਵੱਧਦੀ ਹੈ, ਤਿਉਂ ਤਿਉਂ ਹੋਰ ਡਿਮਾਂਡਸ ਹੋ ਜਾਂਦੀਆਂ ਨੇ ਸੂਬਿਆਂ ਦੇ ਉੱਪਰ ਕਿ ਉੱਥੇ ਦੀ ਬਿਹਤਰੀ ਵਾਸਤੇ, ਲੋਕਾਂ ਦੀ ਬਿਹਤਰੀ ਵਾਸਤੇ ਕੋਈ ਕਦਮ ਚੱਕੇ ਜਾਣ। ਆਹ ਪਾਣੀ ਦਾ ਮਸਲਾ, ਪੀਣ ਦੇ ਪਾਣੀ ਦੇ ਮਸਲੇ ਦੀ ਗੱਲ ਕਰ ਰਿਹਾ ਮੈਂ, ਸਾਰੇ ਪੰਜਾਬ ਦੇ ਵਿੱਚ ਇਹੀ ਹਾਲ ਹੈ, ਥੱਲੇ ਦਾ ਪਾਣੀ ਕਿਤੇ ਖਾਰਾ ਹੈ, ਕਿਤੇ ਪੀ ਨਹੀਂ ਸਕਦੇ, ਕੋਈ ਯੂਰੇਨੀਅਮ ਆ ਗਿਆ, ਕੋਈ ਹੋਰ ਚੀਜ਼ ਆ ਗਈ, ਔਰ ਸਿਹਤ 'ਤੇ ਅਸਰ ਲੋਕਾਂ 'ਤੇ ਪੈਂਦਾ। ਸ਼ਹਿਰ ਜਿਹੜੇ ਨੇ ਸਾਡੇ, ਜੋ ਗੰਦੇ ਪਾਣੀ ਦਾ ਨਿਕਾਸ ਹੈ ਜਾਂ ਆਪਣੇ ਤਾਜ਼ੇ ਪਾਣੀ ਜਿਹੜਾ ਉਹਦੇ ਵਿੱਚ ਆਪਾਂ ਦਿੰਦੇ ਹਾਂ, ਦੋਨੋਂ ਪਾਈਪਾਂ ਇੰਨੇ ਸਾਲਾਂ ਤੋਂ ਜਲੰਧਰ ਪਟਿਆਲਾ ਸਭ ਕੁਛ ਖਰਾਬ ਹੋ ਗਈਆਂ ਨੇ, ਗੰਦਾ ਪਾਣੀ ਪੀਣ ਦੇ ਪਾਣੀ 'ਚ ਮਿਕਸ ਹੋ ਜਾਂਦਾ, ਔਰ ਫਿਰ ਕਈ ਇਹੋ ਜਿਹੇ ਪ੍ਰੋਜੈਕਟ ਉੱਥੇ ਹੈ, ਇੱਥੇ ਬਿਮਾਰੀਆਂ ਹੋ ਜਾਂਦੀਆਂ ਨੇ, ਪੀੜੀਆ ਹੋ ਜਾਂਦਾ ਹੈ, ਟਾਈਫੋਇਡ ਹੋ ਜਾਂਦਾ, ਇਹ ਚੀਜ਼ਾਂ ਜਿਹੜੀਆਂ ਨੇ ਬਹੁਤ ਸਾਡੇ ਸੂਬੇ ਨੂੰ ਖਰਾਬ ਕਰਦੀਆਂ ਨੇ। ਆਹ ਜਿਹੜਾ ਇੱਥੇ ਅੱਜ ਆਪਾਂ ਇਹ ਪ੍ਰੋਜੈਕਟ ਸਾਡੇ ਮਹਿਕਮੇ ਨੇ ਇੱਥੇ ਕੀਤਾ, ਇਹ ਪ੍ਰੋਜੈਕਟ ਪਹਿਲਾਂ ਕਦੇ ਲੋੜ ਨਹੀਂ ਸੀ ਇਹਦੀ,
ਕਿਉਂਕਿ ਇੱਥੇ ਫਲੋਰੋਸਿਸ ਨਹੀਂ ਸੀ, ਫਲੋਰਾਈਡਸ ਨਹੀਂ ਸੀ ਪਾਣੀ ਦੇ ਵਿੱਚ। ਮੈਨੂੰ ਯਾਦ ਹੈ ਸਾਡੇ ਡਾਕਟਰ ਜੌੜੀ ਹੁੰਦੇ ਸੀ, ਉਹਨੇ ਬਹੁਤ ਮਹਾਰ, ਉਹਨਾਂ ਨੇ ਪਹਿਲਾ ਪੇਪਰ ਜਿਹੜਾ ਲਿਖਿਆ ਸੀ ਉਹ ਫਲੋਰੋਸਿਸ ਤੇ ਲਿਖਿਆ ਸੀ ਕਿ ਦੱਖਣ ਪੰਜਾਬ ਬਠਿੰਡਾ ਮਾਨਸਾ ਉਧਰਲਾ ਪਾਸਾ ਸੰਗਰੂਰ ਦਾ ਥੱਲਾ ਪਾਸਾ ਉਧਰ ਫਲੋਰਾਈਡ ਬਹੁਤ ਵੱਧ ਰਹੇ ਨੇ, ਫਲੋਰੋਸਿਸ ਬਿਮਾਰੀ ਹੋ ਰਹੀ ਹੈ ਜਿਹੜਾ ਅਸਰ ਹੱਡੀਆਂ ਤੇ ਦੰਦਾਂ ਤੇ ਵਗੈਰਾ ਤੇ ਪੈਂਦਾ ਹੈ। ਔਰ ਇਹ ਜਿਹੜਾ ਪੇਪਰ ਇਹਨਾਂ ਨੇ ਪੜ੍ਹਿਆ ਸੀ ਵਲੈਤ ਵਿੱਚ ਅਮੈਰੀਕਾ ਵਿੱਚ, ਇਹਨਾਂ ਨੂੰ ਉੱਥੋਂ ਬੜੀ ਮਾਨਤਾ ਮਿਲੀ ਸੀ। ਇਹ ਬਹੁਤ ਪੁਰਾਣੀ ਗੱਲ ਹੈ, ਕਿਹਨੂੰ ਪਤਾ ਸੀ ਕਿ ਇੱਕ ਦਿਨ ਸਾਰਾ ਪੰਜਾਬ ਦਾ ਪਾਣੀ ਖਰਾਬ ਹੋ ਜੂ। ਔਰ ਘਨੌਰ ਮੈਂ ਅੱਜ ਖੜ ਕੇ ਇਹ ਕਹੂੰਗਾ ਕਿ ਇੱਥੇ ਫਲੋਰਾਈਡਸ ਨੇ, ਇਹ ਕਿਸੇ ਨਾ ਕਿਸੇ ਕੁਦਰਤ ਦੀ ਦੇਣ ਹੈ, ਜਾਂ ਤਾਂ ਪਾਣੀ ਦਾ ਹੀ ਜ਼ਿਆਦਾ ਆਪਾਂ ਖਰਚ ਕਰਦੇ ਹਾਂ। ਕੁਛ ਕਾਰਨ ਹੈ ਜੋ ਅਸੀਂ ਪੀ ਜੀ ਆਈ ਵਾਲਿਆਂ ਨੇ ਵੀ ਕਿਹਾ ਸੀ, ਇਹ ਦੇਖੋ ਕਿ ਮੁਕਤਸਰ ਸਾਈਡ ਵਗੈਰਾ ਉੱਧਰਲੇ ਪਾਸੇ ਜਿਹੜੇ ਯੂਰੇਨੀਅਮ ਵਗੈਰਾ ਆ ਰਿਹਾ, ਕੈਸੇ ਆ ਰਿਹਾ ਪਤਾ ਨਹੀਂ ਕਿਸੇ ਨੂੰ ਲੱਗ ਰਿਹਾ। ਐਟੋਮਿਕ ਐਨਰਜੀ ਕਮਿਸ਼ਨ ਨੂੰ ਵੀ ਕਿਹਾ ਸੀ ਦੇਖਣ ਨੂੰ, ਪਰ ਉਹਨਾਂ ਨੂੰ ਪਤਾ ਨਹੀਂ ਕਿ ਇਹ ਗੱਲ ਕੈਸੇ ਇਹ ਆ ਰਿਹਾ ਸੂਬੇ 'ਚ, ਲੇਕਿਨ ਆ ਰਿਹਾ। ਔਰ ਫਿਰ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਲੋਕਾਂ ਦੀ ਸਿਹਤ ਵਾਸਤੇ ਅਸੀਂ ਇਹ ਕਦਮ ਚੱਕੀਏ ਜੋ ਅੱਜ ਇੱਥੇ ਚੱਕੇ ਜਾ ਰਹੇ ਨੇ। ਮੈਂ ਰਜ਼ੀਆ ਜੀ ਦਾ ਔਰ ਜਸਪ੍ਰੀਤ ਜੀ ਦਾ ਬਹੁਤ ਸ਼ੁਕਰਗੁਜ਼ਾਰ ਹੈ ਕਿ ਤੁਸੀਂ ਇਹ ਇੱਕ ਜਿਹੜਾ ਕਦਮ ਚੱਕਿਆ ਸਾਡੇ ਇੱਥੇ ਇੱਥੇ ਤਿੰਨ ਜਿਹੜੀਆਂ ਸਕੀਮਾਂ ਚੱਲ ਰਹੀਆਂ ਨੇ, ਚਾਰ ਤਿੰਨ, ਇੱਕ ਫਤਿਹਗੜ੍ਹ ਸਾਹਿਬ ਔਰ ਇੱਧਰ ਪਟਿਆਲੇ ਜ਼ਿਲ੍ਹੇ 'ਚ 475 ਕਰੋੜ ਰੁਪਈਆ ਲੱਗਣਾ ਇਹਦੇ 'ਤੇ, ਅਤੇ 409 ਪਿੰਡ ਇਹਦੇ 'ਚ ਕਵਰ ਹੋਣੇ ਨੇ ਤਾਂ ਕਿ ਅੱਛਾ ਪਾਣੀ ਇਹਨਾਂ ਨੂੰ ਮਿਲ ਸਕੇ। ਔਰ ਇਹਦੇ ਨਾਲ ਹੀ 48 ਕਰੋੜ ਰੁਪਈਆ ਲਾ ਕੇ ਇਹ ਜਿਹੜਾ ਸਾਡਾ ਸੂਏਜ ਦਾ ਬਹਾਦਰਗੜ੍ਹ ਔਰ ਦਾਲ ਦੇ 10 ਪਿੰਡਾਂ ਦੇ ਵਿੱਚ ਇਹ ਲਗਾਇਆ ਜਾ ਰਿਹਾ, ਉਹ ਵੀ ਅੱਜ ਮੈਂ ਸ਼ੁਰੂ ਕਰਵਾਇਆ। ਔਰ ਅੱਜ ਮੈਂ ਉਹਦੇ ਬੈਠਾ ਸੀ ਅਤੇ ਮੈਨੂੰ ਕਿੱਥੇ ਆਇਆ, ਮੈਨੂੰ ਅੱਜ ਤੁਸੀਂ ਦਿੱਤਾ ਸੀ, ਮਦਨ ਜੀ ਦਿੱਤਾ ਸੀ, ਮਦਨ ਜੀ ਨੇ, ਕਿ ਮੰਡੌਲੀ ਦੇ ਵਿੱਚ ਸੂਏਜ ਸਕੀਮ ਇੱਕ ਲਾਗੂ ਕੀਤੀ ਜਾਵੇ। ਉਹ ਅੱਜ ਹੀ ਮੈਂ ਐਲਾਨ ਕਰਦਾ, ਮੈਂ 470 ਤਾਂ ਕਿ ਇਸ ਇਹ ਜਿਹੜਾ ਕੁਝ ਪ੍ਰੋਜੈਕਟ ਚੱਲ ਰਹੇ ਨੇ ਉਹਦੇ ਨਾਲ ਹੀ ਇਹ ਬਣ ਜਾਏ ਤਾਂ ਕਿ ਆਪਾਂ ਇੱਥੇ ਕੁਛ ਇਹਦਾ ਕੋਈ ਫਾਇਦਾ ਆਪਣੇ ਇਲਾਕੇ 'ਚ ਜਲਦੀ ਹੋ ਸਕੇ। ਤੋ ਇਹ ਜਿਹੜੀਆਂ ਪਾਣੀ ਦੇ ਮਸਲੇ ਦੇ ਬਿਮਾਰੀਆਂ ਨੇ ਇਹ ਬਹੁਤ ਕੁਛ ਸਾਡੇ ਸੂਬੇ 'ਚ ਨੇ, ਹੋਰ ਪ੍ਰੋਬਲਮ ਬਹੁਤ ਹੋਰ ਨੇ। ਸਿੰਜਾਈ ਦਾ ਪਾਣੀ ਉਹਦਾ ਅਸੀਂ ਪ੍ਰਬੰਧ ਕਰਨਾ ਪੂਰਾ, ਲੋਕ ਕਈ ਸਕੀਮਾਂ ਦੇ ਰਹੇ ਨੇ, ਕੱਲ੍ਹ ਅਸੈਂਬਲੀ ਵਿੱਚ ਵੀ ਕੋਈ ਗੱਲ ਉੱਠੀ ਸੀ, ਲੇਕਿਨ ਇਹ ਸਾਰੀਆਂ ਸੋਚ ਕੇ ਸਾਨੂੰ ਕਰਨਾ ਪਊ। ਪਹਿਲੀ ਤਾਂ ਅਸੀਂ ਪੰਜਾਬ ਦਾ ਪਾਣੀ ਆਪਾਂ ਨੇ ਬਚਾਉਣਾ, ਜੋ ਇੱਥੇ ਹੀ ਕਪੂਰੀ ਤੋਂ ਸ਼ੁਰੂ ਹੋਇਆ ਸੀ। ਔਰ ਉਦੋਂ ਮੈਂ ਕਿਹਾ ਸੀ ਉਦੋਂ ਕਿ ਸਾਡੇ ਲਾਲੜੂ ਤੋਂ ਲੈ ਕੇ ਰਾਜਪੁਰਾ ਘਨੌਰ ਡਕਾਲੇ ਤਾਈ ਇੱਥੇ ਘੱਗਰ ਦੇ ਨਾਲ ਨਾਲ ਪਿੰਡਾਂ ਦੇ ਵਿੱਚ ਪਾਣੀ ਨਹੀਂ ਹੈ, ਔਰ ਆਪਾਂ ਇਸ ਵਾਇਲ ਕੈਨਲ ਦੀ ਗੱਲ ਕਰ ਰਹੇ ਪਾਣੀ ਦਾ, ਇੱਥੇ ਅਸੀਂ ਸਾਨੂੰ ਬਚਾਉਣਾ ਪਊ, ਅਸੀਂ ਜਾਣ ਨਹੀਂ ਦੇਣਾ ਪਾਣੀ ਸਾਡਾ ਜਦੋਂ ਆਪਣੇ ਕੋਲ ਹੈ ਹੀ ਨਹੀਂ। ਅੱਜ ਤੁਸੀਂ ਦੇਖ ਲਓ ਸਾਡੇ ਕੋਲ ਦੋ ਕਿਸਮ ਦਾ ਪਾਣੀ ਆਉਂਦਾ, ਜਾਂ ਤਾਂ ਪਹਾੜਾਂ ਤੋਂ ਆਉਂਦਾ ਜਦੋਂ ਬਰਫ਼ਾਂ ਪਿਘਲਦੀਆਂ ਨੇ, ਔਰ ਉਹ ਨਦੀਆਂ ਦੇ ਵਿੱਚ ਆਉਂਦਾ ਸਾਡੇ ਬਿਆਸ ਰਾਵੀ ਔਰ ਸਤਲੁਜ ਸਾਡੇ ਕੋਲ ਹੈ, ਜਾਂ ਥੋੜ੍ਹਾ ਬਹੁਤਾ ਘੱਗਰ 'ਚ ਆ ਜਾਂਦਾ, ਇਹ ਸਾਡੇ ਕੋਲ ਪਾਣੀ ਹੈ, ਜਾਂ ਆਪਾਂ ਧਰਤੀ ਤੋਂ ਕੱਢਾਂਗੇ। ਹੁਣ ਧਰਤੀ ਦਾ ਪਾਣੀ ਕਿੱਥੇ ਪਹੁੰਚ ਗਿਆ, ਕਿੰਨੇ ਮੀਟਰ ਹੋ ਗਿਆ ਘਨੌਰ 'ਚ ਦੱਸੋ? 300 ਮੀਟਰ, 1000 ਫੁੱਟ,
ਹੁਣ ਕੌਣ ਕੱਢੂਗਾ ਇੱਥੋਂ, ਕਿੰਨੇ ਕਿੰਨੇ ਕਿੱਡੇ ਵੱਡੀਆਂ ਮੋਟਰਾਂ ਲਾਵਾਂਗੇ? ਗਰੀਬ ਬੰਦੇ ਨੇ ਸਾਡੇ, ਆਹ ਜਿਹੜਾ ਕਰਜ਼ਾ ਅਸੀਂ ਦੇ ਰਹੇ ਹਾਂ ਲੋਕਾਂ ਨੂੰ, 17 ਲੱਖ ਕਿਸਾਨੀ ਦੇ ਪਰਿਵਾਰ ਨੇ, ਜਿਹਦੇ ਵਿੱਚੋਂ 10.25 ਲੱਖ ਉਹ ਪਰਿਵਾਰ ਨੇ ਜਿਹੜੇ 5 ਕਿੱਲੇ ਤੋਂ ਘੱਟ ਦੇ ਮਾਲਕ ਨੇ। ਆ ਪਹਿਲੇ ਜਿਹੜੇ ਦੌਰ 'ਚ ਅਸੀਂ ਖਤਮ ਕੀਤਾ ਕੋਆਪਰੇਟਿਵ ਦਾ ਔਰ ਕਮਰਸ਼ੀਅਲ ਬੈਂਕਾਂ ਦਾ, ਉਹ ਅਸੀਂ 2 ਏਕੜ ਤਾਂ ਕੀਤਾ। ਫਿਰ ਦੂਜਾ ਦੌਰ ਜਿਹੜਾ ਹੁਣ ਸ਼ੁਰੂ ਹੈ ਉਹ 5 ਕਿੱਲੇ ਤਾਂ ਕਰ ਰਹੇ ਹਾਂ ਅਸੀਂ। ਇਹ ਹੋ ਗਿਆ ਸ਼ੁਰੂ, ਕੋਆਪਰੇਟਿਵ ਮਹਿਕਮੇ ਦਾ ਹੋ ਗਿਆ, ਹੁਣ ਇਸ ਤੋਂ ਬਾਅਦ ਜਿਹੜੇ ਕਮਰਸ਼ੀਅਲ ਬੈਂਕ ਆ ਉਹਨਾਂ ਦਾ ਆਉਣਾ ਹੈ। ਲੇਕਿਨ ਇਹ ਦੱਸਦਾ ਹੈ ਗੱਲ, ਹੁਣ ਇਹਦੇ ਤੋਂ ਪਤਾ ਲੱਗਦਾ ਹੈ ਸਾਨੂੰ ਕਿ ਹਾਲਾਤ ਕਿਸਾਨੀ ਦੇ ਬਹੁਤ ਖਰਾਬ ਨੇ। ਔਰ ਇਹੀ ਹੈ ਕਿ ਹੁਣ ਅਗਰ ਕੋਈ ਕਿਸੇ ਕੋਲ 2 ਕਿੱਲੇ ਜਾਂ 1.5 ਕਿੱਲੇ ਜ਼ਮੀਨ ਹੈ, ਉਹ ਲਾ ਲੂਗਾ 1000 ਫੁੱਟ ਦੇ ਪੰਪ, 30 ਹਾਰਸਪਾਵਰ ਦੀ ਮੋਟਰ ਦੀ ਲੋੜ ਤੁਹਾਨੂੰ ਪੈਣੀ ਹੈ, ਕੌਣ ਲਾਊਗਾ ਇਸ? ਇਸ ਕਰਕੇ ਸਾਨੂੰ ਜਿੰਨਾ ਵੀ ਨਦੀ ਦਾ ਪਾਣੀ ਅਸੀਂ ਬਚਾ ਸਕਦੇ ਹਾਂ, ਇਹਦੇ ਬਾਵਜੂਦ ਕਿ ਅੱਜ ਨਦੀਆਂ ਦਾ ਪਾਣੀ ਸਾਡਾ ਖਤਮ ਹੁੰਦਾ ਜਾ ਰਿਹਾ। ਤੁਸੀਂ ਅਗਰ ਜਾ ਕੇ ਕਦੇ ਕੋਈ ਵੀ ਗਿਆ ਤੁਹਾਡੇ ਵਿੱਚੋਂ, ਇੱਕ ਸਾਸੇ ਇੱਕ ਜਥੇਬੰਦੀ ਹੈ ਸਰਕਾਰ ਦੀ, ਹੈ ਸੈਂਟਰ ਦੀ ਸਰਕਾਰ ਦੀ, ਇੱਕ ਮੋਹਾਲੀ ਹੈ ਔਰ ਇੱਕ ਚੰਡੀਗੜ੍ਹ ਦੇ ਗੇਟ 'ਚ ਹੈ, ਮੋਹਾਲੀ ਦੇ ਵਿੱਚ, ਉਹ ਦਿਖਾਉਂਦੇ ਨੇ ਤਸਵੀਰਾਂ ਕਿ ਜਿਹੜੇ ਵੱਡੀ ਵੱਡੀ ਬਰਫ਼ ਦੀ ਪਹਾੜੀਆਂ ਹੁੰਦੀਆਂ ਸੀਆਂ ਉਹ ਅੱਜ ਤੋਂ 60 ਸਾਲ ਬਾਅਦ ਕਿੰਨੀ ਸੀ, ਫਿਰ ਹੁਣ ਲਾਈ ਗਏ ਇੱਕ ਇੱਕ ਸਾਲ ਦਾ, ਉਸੀ ਤਸਵੀਰ ਨੂੰ ਬਣਾਈ ਗਈ, ਉਸੀ ਪਹਾੜੀ, ਉਸੀ ਬਰਫ਼ ਦੀ ਪਹਾੜੀ ਨੂੰ, ਔਰ ਹੁਣ ਉੱਥੇ ਕੋਈ ਬਰਫ਼ ਨਹੀਂ ਰਹੀ, ਸਿਰਫ ਪੱਥਰ ਹੀ ਰਹਿ ਗਿਆ, ਤੋ ਕਿਉਂਕਿ ਬਰਫ਼ ਨਹੀਂ ਪੈ ਰਹੀ। ਤੋ ਇਹ ਸਾਨੂੰ ਬੜਾ ਅੱਗੇ ਵਾਸਤੇ ਸੋਚਣਾ ਪਊ ਕਿ ਕੈਸੇ ਆਪਾਂ ਕਰਾਂਗੇ, ਕੀ ਕਰਾਂਗੇ ਆਪਾਂ ਪੰਜਾਬ ਵਾਸਤੇ। ਇੱਕ ਤਾਂ ਸਾਫ਼ ਪਾਣੀ, ਔਰ ਇੱਕ ਪਾਣੀ ਜਿਹੜਾ ਲੋਕਾਂ ਵਾਸਤੇ ਅੱਗੇ ਨੂੰ ਕੋਈ ਇਹੋ ਜਿਹੀ ਔਕੜ ਨਾ ਉਹਨਾਂ ਨੂੰ ਪਵੇ, ਕਿਉਂਕਿ ਜਿਸ ਤਰੀਕੇ ਨਾਲ ਅੱਜ ਚੱਲ ਰਿਹਾ ਪੰਜਾਬ ਜਾਂ ਹਿੰਦੁਸਤਾਨ ਸਾਰਾ, ਜਿੰਨਾ ਆਪਾਂ ਪਾਣੀ ਨੂੰ ਬਰਬਾਦ ਕਰਦੇ ਹਾਂ, ਇਹੀ ਮੇਰੀ ਬੇਨਤੀ ਤੁਹਾਨੂੰ ਕਿ ਪਾਣੀ ਨੂੰ ਬਚਾ ਕੇ ਰੱਖੋ। ਕਿਉਂਕਿ ਇਜ਼ਰਾਇਲ, ਮੈਂ ਹੁਣ ਗਿਆ ਸੀ ਪਿਛਲੇ ਮਹੀਨੇ, ਇਜ਼ਰਾਇਲ ਦੇ ਵਿੱਚ 30 ਸਾਲਾਂ ਬਾਅਦ, ਕਿਉਂਕਿ ਪਾਣੀ ਦੇ ਵਰਤਾਅ ਉੱਥੇ ਹੁੰਦਾ ਪਰ ਪਾਣੀ ਉਹਨਾਂ ਦੇ ਕੋਲ ਥੋੜ੍ਹਾ ਹੈ, 30 ਸਾਲਾਂ ਬਾਅਦ ਜੋ ਵੀ ਪਾਣੀ ਉਹਨਾਂ ਨੂੰ ਆਉਂਦਾ ਤਾਜ਼ਾ ਪੀਣ ਵਾਲਾ, ਉਹ ਕੱਢਵਾ ਜਾਂਦਾ। ਫਿਰ ਕੀ ਕਰ ਰਹੇ ਨੇ, ਸਮੁੰਦਰ ਤੋਂ ਪਾਣੀ ਨੂੰ ਚੱਕ ਕੇ ਉਹਦੇ ਚੋਂ RO ਵਗੈਰਾ ਜਿਹੜਾ ਕੁਛ ਲਾਉਣਾ ਪੈਂਦਾ ਹੈ ਉਹਨੂੰ ਡੀਸੈਲੀਨੇਟ ਕਰਕੇ ਫਿਰ ਉਸਨੂੰ ਵਰਤਣਗੇ ਆਪਣੇ ਲੋਕਾਂ ਕੋਲ। ਆਪਣੇ ਕੋਲ ਤਾਂ ਸਮੁੰਦਰ ਵੀ ਨਹੀਂ ਹੈ, ਅਗਰ ਬਰਫ਼ਾਂ ਦਾ ਪਾਣੀ ਖਤਮ, ਅਗਰ ਧਰਤੀ ਦਾ ਪਾਣੀ ਖਤਮ, ਫਿਰ ਕਿੱਥੇ ਜਾਊਗਾ ਪੰਜਾਬ? ਇਸ ਕਰਕੇ ਆਪਣੀ ਜ਼ਿੰਮੇਵਾਰੀ ਬਣਦੀ ਹੈ ਆਉਣ ਵਾਲੀ ਪੀੜ੍ਹੀਆਂ ਲਈ ਕਿ ਅਸੀਂ ਪੰਜਾਬ ਦਾ ਪਾਣੀ ਬਚਾਈਏ। ਔਰ ਇਹ ਮੈਂ ਆਪ ਨੂੰ ਬੇਨਤੀ ਕਰਦਾ ਕਿ ਜਿੰਨਾ ਚਾਹੋ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਸਾਰਿਆਂ ਨੂੰ ਪੂਰਾ ਪਾਣੀ ਮਿਲੇ, ਔਰ ਜੈਸੇ ਅਸੀਂ ਦੇ ਰਹੇ ਹਾਂ ਮੁਫ਼ਤ ਦਾ ਪਾਣੀ ਉਹੀ ਮਿਲੇ। ਲੇਕਿਨ ਜ਼ਿੰਮੇਵਾਰੀ ਤੁਹਾਡੇ 'ਤੇ ਵੀ ਆਉਂਦੀ ਹੈ ਕਿ ਉਹ ਪਾਣੀ ਨੂੰ ਬਰਬਾਦ ਨਾ ਕਰਨਾ। ਟੂਟੀਆਂ ਖੁੱਡੀਆਂ ਛੱਡਤੀਆਂ ਪਾਣੀ ਚੱਲਦਾ ਰਿਹਾ, ਜਾਂ ਟਿਊਬਵੈੱਲ ਜਿੱਥੇ ਲੋਡ ਨਹੀਂ ਆਉਣ ਰੱਖਿਆ ਔਰ ਸਾਰੀ ਰਾਤ ਆਪਣੇ ਆਪ ਹੀ ਚੱਲਦਾ ਰਹੇ, ਤੁਸੀਂ ਧਿਆਨ ਨਾਲ ਇਸ ਨੂੰ ਵਰਤੋ, ਨਹੀਂ ਆਪਾਂ ਆਉਣ ਵਾਲੀ ਪੀੜ੍ਹੀਆਂ ਵਾਸਤੇ ਕੁਛ ਨਹੀਂ ਛੱਡ ਕੇ ਜਾਵਾਂਗੇ। ਇਹ ਆਪਾਂ ਨੂੰ ਸੋਚ ਕਿਸਾਨੀ ਦੇ ਬਾਰੇ ਮੈਂ ਤੁਹਾਨੂੰ ਦੱਸ ਚੁੱਕਿਆ, ਵਾਹਿਗੁਰੂ ਦੀ ਕਿਰਪਾ ਨਾਲ ਅਸੀਂ ਫਸਲਾਂ ਚੰਗੀਆਂ ਹੋਈਆਂ ਨੇ, ਫਸਲ ਚੰਗੀ ਵੀ ਨਹੀਂ ਹੋਈ। ਇਸ ਤੋਂ ਇਲਾਵਾ ਕੋਈ ਮੰਡੀ 'ਚ ਅਸੀਂ ਬੋਰੀ ਨਹੀਂ ਰੱਖਣ, ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਅਸੀਂ ਮੰਡੀ 'ਚ ਪਤਾ ਨਹੀਂ ਹੈ ਜਥੇਦਾਰ ਕੀ ਕਰਦੇ ਸੀ।
ਉਹ ਅਕਾਲੀ ਅੱਠ ਅੱਠ ਦਿਨ ਦਸ ਦਸ ਦਿਨ ਬਾਰਾਂ ਬਾਰਾਂ ਦਿਨ ਝੋਨਾ ਪਿਆ ਰਹਿੰਦਾ ਸੀ, ਕਾਲਾ ਹੁੰਦਾ ਸੀ, ਕਣਕ ਤੇ ਸਭ ਕੁਛ ਹੀ। ਇਹ ਆਪਾਂ ਪਤਾ ਤਾਂ ਕਰੀਏ ਕਰਦੇ ਕਿਸੇ, ਦੱਸੋ ਰਸਾਈ ਇਹ ਜਿਹੜੀਆਂ ਗੱਲਾਂ ਨੇ ਨਾ, ਇਹ ਸਰਕਾਰਾਂ ਆਉਂਦੀਆਂ ਨੇ ਕਿਸ ਵਾਸਤੇ? ਤੁਹਾਡੇ ਵਾਸਤੇ, ਲੋਕਾਂ ਵਾਸਤੇ, ਪੰਜਾਬ ਵਾਸਤੇ, ਆਪਣੇ ਦੇਸ਼ ਵਾਸਤੇ। ਔਰ ਸਾਡੀ ਡਿਊਟੀ ਬਣਦੀ ਹੈ ਕਿ ਅਸੀਂ ਉਹ ਸਰਕਾਰਾਂ ਨੂੰ ਠੀਕ ਚਲਾਈਏ ਤਾਂ ਕਿ ਲੋਕਾਂ ਨੂੰ ਤਕਲੀਫ ਨਾ ਹੋਵੇ। ਕਿਉਂ ਮੇਰਾ ਕਿਸਾਨ ਜਾ ਕੇ 15 ਦਿਨ ਉੱਥੇ ਢੇਰੀਆਂ ਦੇ ਕੋਲ ਸੁਣਦਾ ਆਪਣੇ ਮੰਡੀ ਦੇ ਵਿੱਚ? ਇਹ ਤਾਂ ਨਹੀਂ ਕੰਮ ਸਰਕਾਰ ਦਾ। ਜਦੋਂ ਆਉਂਦੀ ਹੈ, ਅਗਰ ਮੋਇਸਚਰ ਜ਼ਿਆਦਾ ਹੈ, ਇੱਕ ਦਿਨ, ਦੋ ਦਿਨ, ਤੀਜੇ ਦਿਨ ਤਾਂ ਚੱਕ ਲਓ ਢੇਰੀ। ਕਣਕ ਤਾਂ ਇੱਟ ਵਰਗੀ ਹੁੰਦੀ ਹੈ, ਉਦੋਂ ਹੀ ਚੱਕ ਲਓ, ਕੌਣ ਉਹਨੂੰ ਰੋਕਦਾ? ਲੇਕਿਨ ਕਣਕ ਵੀ ਮੰਡੀ 'ਚ ਰੱਖੀ ਜਾਂਦੇ ਸੀ, ਕਰਦੇ ਹੋਣੇ ਕੋਈ ਸੌਦੇਬਾਜ਼ੀ, ਇਹੀ ਇਹਨਾਂ ਦੀ ਆਦਤ ਹੈ। ਤੋ ਇਹ ਜਿਹੜੀ ਗੱਲਾਂ ਨੇ, ਆਪਾਂ ਨੂੰ ਸੋਚਣਾ ਪਊ ਕਿ ਸਾਡੇ ਸਰਕਾਰ ਅੱਛੀ, ਚਲੋ ਵਾਹਿਗੁਰੂ ਦੀ ਕਿਰਪਾ ਨਾਲ ਸਭ ਕੁਛ ਚੰਗਾ ਚੱਲ ਰਿਹਾ ਇਸ ਵੇਲੇ, ਕੋਈ ਇਹੋ ਜਿਹੀ ਸਾਨੂੰ ਔਖ ਨਹੀਂ। ਲੇਕਿਨ ਆ ਸ਼ਾਂਤੀ ਰੱਖਣੀ ਵੀ ਸੂਬੇ 'ਚ ਬਹੁਤ ਜ਼ਰੂਰੀ ਹੈ। ਆਹ ਦੇਖੋ ਬਰਗਾੜੀ, ਕੋਟਕਪੂਰਾ, ਬੇਬਲ ਕਲਾਂ ਕੀ ਹੋਇਆ ਅੱਜ। ਸਾਡੇ ਧਾਰਮਿਕ ਗ੍ਰੰਥ, ਸਾਡੇ ਤਾਂ ਗੁਰੂ ਗ੍ਰੰਥ ਸਾਹਿਬ, ਫਿਰ ਤੁਸੀਂ ਗੀਤਾ ਨੂੰ ਦੇਖ ਲਓ, ਫਿਰ ਕੋਈ ਬਾਈਬਲ ਫੂਕ ਦਿੰਦਾ, ਫਿਰ ਕੋਈ ਇੱਥੇ ਕੁਰਾਨ ਸ਼ਰੀਫ ਨੂੰ ਫੂਕ ਦਿੰਦਾ, ਤਾਂ ਇਹਦਾ ਫਾਇਦਾ ਕੀ ਹੈ? ਅਸੀਂ ਇੱਕ ਭਾਈਚਾਰਾ ਹੈ, ਸਾਡਾ ਹਿੰਦੁਸਤਾਨ, ਸਾਡਾ ਪੰਜਾਬ, ਸਾਰੇ ਪੰਜਾਬੀ ਹੈ ਅਸੀਂ। ਮਜ਼ਬਾਂ ਆਪਣੀਆਂ ਹੁੰਦੀਆਂ ਨੇ, ਲੇਕਿਨ ਦਿਲ ਸਾਡਾ ਪੰਜਾਬੀ ਹੈ। ਅਸੀਂ ਲੋਕ ਪੰਜਾਬ ਦੇ ਰਹਿਣ ਵਾਲੇ ਹਾਂ, ਚਾਹੇ ਕਿਸੇ ਮਜ਼ਹਬ ਦੇ ਨਾਲ ਵੀ ਸੰਬੰਧ ਰੱਖੀਏ, ਕਿਸੇ ਜਾਤ ਪਾਤ ਨਾਲ ਵੀ ਸੰਬੰਧ ਰੱਖੀਏ। ਔਰ ਸਾਨੂੰ ਇੱਕ ਦੂਜੇ ਦੀ ਮਜ਼ਹਬ 'ਤੇ ਪੂਰਾ ਫਖਰ ਹੋਣਾ ਚਾਹੀਦਾ, ਔਰ ਪੂਰਾ ਸਾਨੂੰ ਅਸੀਂ ਸਮਝਣਾ ਚਾਹੀਦਾ ਸਾਨੂੰ ਕਿ ਜੋ ਵੀ ਉਹ ਮੰਨੇ, ਕਿਸੇ ਰੱਬ ਨੂੰ ਮੰਨੇ, ਉਹ ਉਹਨਾਂ ਦੀ ਆਪਣੀ ਮਰਜ਼ੀ ਹੈ। ਲੇਕਿਨ ਆਹ ਜਿਹੜਾ ਇੱਥੇ ਕੁਛ ਹੋ ਗਿਆ, ਤੁਸੀਂ ਬੇਇੱਜ਼ਤੀ ਕਰਦੇ, ਗੁਰਕਾ ਸਾਹਿਬ ਫਾੜਤਾ, ਗੁਰੂ ਗ੍ਰੰਥ ਸਾਹਿਬ ਫਾੜਤਾ, ਕੁਰਾਨ ਫਾੜਤੀ, ਗੀਤਾ ਫਾੜਤੀ, ਅੱਗ ਲਾਤੀ। ਮੈਂ ਕਿਹਾ ਹੋਇਆ ਕੋਈ ਇੱਥੇ ਸਾਡੇ, ਦੇਖ ਲਓ ਸਾਡੀ ਹਕੂਮਤ ਵਿੱਚ ਨਹੀਂ ਹੋਇਆ, ਜਿੱਥੇ ਹੋਇਆ ਚੰਗੀ ਤਰ੍ਹਾਂ ਉਹਨਾਂ ਨੂੰ ਅਸੀਂ ਵਰਤਾਓ ਕੀਤਾ ਉਹਦੇ ਨਾਲ, ਔਰ ਬਿਲਕੁਲ ਇਹ ਗੱਲ ਸਮਾਪਤ ਹੋ ਗਈ। ਇਹੀ ਅਸੀਂ ਦੇਖਣਾ ਚਾਹੁੰਦੇ ਹਾਂ, ਤਾਂ ਹੀ ਭਾਈਚਾਰਾ ਤਕੜਾ ਹੋ। ਇਸ ਤਰੀਕੇ ਨਾਲ ਨਹੀਂ ਕਿ ਤੁਸੀਂ ਇਸ ਨਾਲ ਸਮਾਜ ਨੂੰ ਤੋੜਨ ਦੀ ਕੋਸ਼ਿਸ਼ ਕਰੋ ਇਹ ਗੱਲਾਂ ਕਰਕੇ। ਅਗਰ ਕਰੇ ਫਿਰ ਸਰਕਾਰ ਦਾ ਕੰਮ ਹੈ ਕਿ ਇਹਦੇ 'ਤੇ ਨਿਪਟੇ, ਔਰ ਉਹੀ ਅਸੀਂ ਨਿਪਟੇ, ਔਰ ਉਹੀ ਤਾਂ ਹੀ ਸ਼ਾਂਤੀ ਇਸ ਸਾਡੇ ਸੂਬੇ 'ਚ ਕਰਕੇ, ਔਰ ਸ਼ਾਂਤੀ ਦੇ ਮਾਹੌਲ 'ਚ ਸਾਡੀ ਡਿਵੈਲਪਮੈਂਟ ਹੋਗੀ। ਤੁਸੀਂ ਅੱਜ ਕਹਿ ਰਹੇ ਸੀ ਕਿ ਕੁਆਰਕ ਸਿਟੀ ਆ ਰਹੀ ਹੈ, ਕਿੰਨੇ ਬੰਦੇ ਸਾਡੇ, ਕਿੰਨੇ ਲੱਖਾਂ ਬੱਚੇ ਸਾਡੇ ਉੱਥੇ ਨੌਕਰ ਹੋ ਜਾਣਗੇ। 20,000 ਉੱਥੇ, ਲੇਕਿਨ ਤੁਹਾਡੇ ਰਾਜਪੁਰੇ ਵਿੱਚ ਹੋਰ ਸਕੀਮਾਂ ਉੱਥੇ ਬਹੁਤ ਆ ਰਹੀਆਂ ਨੇ, ਔਰ ਇਹ ਅਸੀਂ ਸਾਰੇ ਪੰਜਾਬ ਦੇ ਵਿੱਚ ਇਹੀ ਚਾਹੁੰਦੇ ਹਾਂ। ਹੁਣ ਮੈਂ ਜਾਇਆ ਕਰਦਾ ਸੀ ਤੁਹਾਡੇ ਗੋਬਿੰਦਗੜ੍ਹ, ਔਰ ਜਦ ਮੈਂ ਲੰਘਦਾ ਸੀ, ਮੈਂ ਦੇਖਦਾ ਸੀ ਕਿ ਉੱਥੇ ਕਿੰਨੀਆਂ ਫੈਕਟਰੀਆਂ ਚੱਲਦੀਆਂ, ਧੂੰਆਂ ਤੋਂ ਪਤਾ ਲੱਗ ਜਾਂਦਾ ਸੀ ਚਿਮਨੀ ਦੇ ਵਿੱਚੋਂ ਜਿਹੜੀ ਨਿਕਲਦੀਆਂ ਸੀ, ਕਦੇ 7, ਕਦੇ 8, ਕਦੇ 9, ਕਦੇ 10। ਹੁਣ ਸਾਰਾ ਗੋਬਿੰਦਗੜ੍ਹ ਚੱਲ ਰਿਹਾ, ਸਾਰੀਆਂ ਫੈਕਟਰੀਆਂ ਚੱਲਦੀਆਂ ਨੇ, ਸਮਾਂ ਉੱਥੇ ਲੋਕ ਆਪਣਾ ਵਾਧਾ ਕਰ ਰਹੇ ਨੇ, ਜਿੱਥੇ 45,000 ਟਨ ਦੀ ਯੂਨਿਟ ਸੀ ਉਹ 1.25 ਲੱਖ ਟਨ ਤੇ ਉੱਥੇ ਪਹੁੰਚਾ ਰਹੇ ਨੇ। ਨਵੀਆਂ ਲੱਕੜੀਆਂ ਨੇ ਕਾਂਗੜ 12 ਇਹਨਾਂ ਦੇ ਹਲਕੇ ਚ ਲੱਗੀਆਂ ਨੇ। ਉਹਦਾ ਮਤਲਬ ਜਿੰਨਾ ਹੀ ਲੱਗੂ ਇੰਨੀ ਸਰਕਾਰ ਨੂੰ ਉਹਦਾ ਫਾਇਦਾ ਹੋਊਗਾ,
ਟੈਕਸ ਲੱਗਣਗੇ, ਇੰਨਾ ਥੋੜੇ ਅਸੀਂ ਡਿਵੈਲਪਮੈਂਟ ਦਾ ਕੰਮ ਕਰ ਸਕਾਂਗੇ, ਆ ਜਿਹੜਾ ਪਾਣੀ ਦੀ ਸਕੀਮਾਂ ਹੋਰ ਪਿੰਡਾਂ ਦੇ ਵਿੱਚ ਪਹੁੰਚਾ ਸਕਾਂਗੇ, ਨਾਲੇ ਬੱਚਿਆਂ ਦੀ ਨੌਕਰੀਆਂ। ਇਹ ਸਾਰੀਆਂ ਗੱਲਾਂ ਆਪਾਂ ਨੂੰ ਸ਼ਾਂਤੀ ਦੇ ਮਾਹੌਲ 'ਚ ਹੋਣਾ ਚਾਹੀਦਾ ਹੈ, ਔਰ ਇਹ ਸ਼ਾਂਤੀ ਦਾ ਮਾਹੌਲ ਆਪਾਂ ਨੂੰ ਰੱਖਣਾ ਪਊ। ਆਹਨਾ ਫਿਕਰ ਕਰੋ, ਇਹ ਜਿਹੜਾ ਇਹ ਆਪਣਾ ਗੁਆਂਢੀ ਮੁਲਕ ਕਰਦਾ, ਉਹਨਾਂ ਨੂੰ ਨਿਪਟਣਾ ਨਹੀਂ ਸੀ, ਇਹਨਾਂ ਨੂੰ ਪਰਵਾਹ ਨਹੀਂ ਕਰਨੀ। ਆ ਕੋਈ ਇੱਕ ਮੋਟਾ ਜਿਹਾ ਜਨਰਲ, ਸਾਰੇ ਜਨਰਲ ਉਹਨਾਂ ਦੇ ਮੋਟੇ ਨੇ, ਪਤਾ ਨਹੀਂ ਕੀ ਖਾਂਦੇ ਨੇ। ਉਹ ਜਨਰਲ ਬਾਜਵਾ ਐਡਾ ਤਾਂ ਚੌੜਾ ਆ, ਔਰ ਦੂਜਾ ਉਹਦੇ ਨਾਲ ਉਹ ਕ੍ਰਿਕਟ ਖੇਡਣ ਵਾਲਾ, ਉਹਨੂੰ ਵਿਚਾਰੇ ਨੂੰ ਕੰਮ ਹੀ ਨਹੀਂ ਕਰਨ ਦਿੰਦੇ ਜਨਰਲ। ਅਤੇ ਇਹੋ ਜਿਹੀ ਗੱਲਾਂ ਹੀ ਬਸ ਉਹ ਕਰੀ ਜਾਂਦੇ ਨੇ, ਕਦੇ ਸਾਡੇ ਬੰਦੇ ਮਾਰ ਦਿਓ, ਕਦੇ ਸਾਡੀ CRP ਦੇ ਵਿੱਚ ਜਵਾਨ ਮਾਰ ਦਿਓ, ਕਦੇ ਜੋ ਫੌਜ ਦੇ ਜਵਾਨ ਮਾਰ ਦਿਓ। ਮੈਂ ਤਾਂ ਕਹਿ ਮੈਂ ਕਿਹਾ ਜਿਹੜਾ ਇੱਕੋ ਸਾਨੂੰ ਠੋਕਦਾ, ਇਹਨਾਂ ਦੇ ਦੋ ਠੋਕੋ, ਹੋਰ ਤਰੀਕਾ ਇਹਦਾ ਕੋਈ ਕੁਛ ਨਹੀਂ। ਤਾਲੀ ਮਾਰਦੇ ਨਾ ਸਾਡੇ CRP ਦੇ ਜਵਾਨ, ਮੈਂ ਕਿਹਾ 82 ਠੋਕੋ ਇਹਨਾਂ। ਇਹ ਇਹੀ ਤਰੀਕਾ ਹੁੰਦਾ, ਅਗਰ ਤੁਸੀਂ ਸਖਤੀ ਨਾਲ ਇਹਨਾਂ ਨਾਲ ਨਿਪਟੋ ਤਾਂ ਇਹ ਸਮਝਣਗੇ, ਅਗਰ ਆਪਾਂ ਕਮਜ਼ੋਰੀ ਦਿਖਾਤੀ ਫਿਰ ਸਾਡੇ ਹੋਰ ਮਾਰ ਦੇਣਗੇ ਬੰਦੇ ਅੱਗੇ ਨੂੰ, ਕਿ ਹਿੰਦੁਸਤਾਨ ਨੇ ਕੁਛ ਕਰਨਾ ਨਹੀਂ। ਮੈਂ ਆਸ ਕਰਦਾ ਕਿ ਜ਼ਰੂਰ ਸਾਡੀ ਜਿਹੜੀ ਸਰਕਾਰ ਹੈ ਇਸ ਗੱਲ ਨੂੰ ਯਾਦ ਰੱਖੋ ਕਿ ਅੱਜ ਪੂਰਾ ਪੂਰਾ ਹਿੰਦੁਸਤਾਨ ਇਸ 'ਤੇ ਤੁਰਿਆ ਹੋਇਆ ਕਿ ਅਸੀਂ ਇਹ ਗਮ ਜਿਹੜਾ ਸਾਡੇ ਮੁੰਡੇ ਮਾਰਤੇ ਇਹ ਅਸੀਂ ਬਰਦਾਸ਼ਤ ਨਹੀਂ ਕਰਾਂਗੇ, ਔਰ ਸਾਡਾ ਜੋ ਕਦਮ ਸਰਕਾਰ ਚੱਕਣਾ ਚਾਹੁੰਦੀ ਹੈ। ਮੈਂ ਤਾਂ ਕਿਹਾ ਸਾਡੇ ਪ੍ਰਧਾਨ ਜੀ ਰਾਹੁਲ ਗਾਂਧੀ ਜੀ ਨੇ ਕਿਹਾ, ਸਾਡੇ ਪ੍ਰਾਈਮ ਮਿਨਿਸਟਰ ਸਾਹਿਬ ਜੋ ਸੀ ਡਾਕਟਰ ਮਨਮੋਹਨ ਸਿੰਘ ਜੀ ਨੇ ਕਿਹਾ ਕਿ ਜੋ ਕਦਮ ਚੱਕਣਾ ਚਾਹੁੰਦੀ ਹੈ ਸਰਕਾਰ ਚੱਕੋ, ਅਸੀਂ ਤੁਹਾਡੇ ਨਾਲ, ਲੇਕਿਨ ਚੱਕੋ ਕੀ ਕਦਮ ਤਾਂ ਕਿ ਇਹਨਾਂ ਨੂੰ ਪਤਾ ਲੱਗੇ। ਇਹ ਨਹੀਂ ਮੈਂ ਕਹਿੰਦਾ ਕਿ ਆ ਜੰਗ ਛੇੜ ਲਓ ਕਿਸੇ ਮੁਲਕ ਦੇ ਨਾਲ, ਇਹ ਨਹੀਂ ਅਸੀਂ ਚਾਹੁੰਦੇ ਜੰਗ ਛੇੜਨਾ, ਲੇਕਿਨ ਕਦਮ ਜ਼ਰੂਰ ਕੋਈ ਨਾ ਕੋਈ ਚੱਕਣਾ, ਸਰਜੀਕਲ ਸਟ੍ਰਾਈਕ ਕਰੋ ਜੋ ਮਰਜ਼ੀ ਕਰਨਾ ਕਰੋ ਤੁਸੀਂ, ਪਰ ਸਖਤੀ ਕਰਨੀ ਪਊ, ਔਰ ਆਪਣੇ ਮੁੰਡਿਆਂ ਦਾ ਬਦਲ ਹੀ ਆਪਾਂ ਨੂੰ ਲੈਣਾ, ਬਦਲਾ ਲੈਣਾ ਪਊ ਆਪਾਂ ਨੂੰ। ਤਾਂ ਅੱਜ ਖੁਸ਼ੀ ਹੈ ਕਿ ਮੈਂ ਆ ਸਕਿਆ ਉਰੇ ਕਰੌੜ ਤੁਹਾਡੇ ਹਲਕੇ, ਤੁਹਾਡੇ ਸਾਰਿਆਂ ਦੇ ਹਲਕੇ 'ਚ, ਔਰ ਇਹ ਜਿਹੜਾ ਸਾਡੇ ਪਟਿਆਲੇ ਜ਼ਿਲ੍ਹੇ 'ਚ ਔਰ ਫਤਿਹਗੜ੍ਹ ਸਾਹਿਬ ਜ਼ਿਲ੍ਹੇ 'ਚ ਸਭ ਕੁਛ ਲੱਗ ਰਿਹਾ, ਇਹ ਵੀ ਨਹਿਰੀ ਪਾਣੀ, ਨਹਿਰੀ ਪਾਣੀ ਇਹ ਕਹਿੰਦੇ ਸਾਰੇ, ਕਹਿੰਦੇ ਨਹਿਰੀ ਪਾਣੀ ਤੁਸੀਂ ਦੱਸੋ ਮੈਂ ਲਿਆਵਾਂ ਕਿੱਥੋਂ, ਨਹੀਂ ਅਸੀਂ ਸੱਦ ਲਾਂਗੇ। ਇਹ ਸਾਰੇ ਚਾਹੁੰਦੇ ਨੇ ਕਿ ਨਹਿਰੀ ਪਾਣੀ ਦਾ ਵਾਧਾ ਹੋਣਾ ਚਾਹੀਦਾ, ਤਾਂ ਅਸੀਂ ਮੀਟਿੰਗ ਸੱਦ ਕੇ ਇਹ ਦੇਖ ਕੇ ਕਿ ਕਿੱਥੋਂ ਆਪਾਂ ਕੱਢ ਸਕਦੇ ਹਾਂ ਥੋੜ੍ਹੇ, ਉਹ ਮੈਨੂੰ ਹੁਣੀ ਚੀਫ ਇੰਜੀਨੀਅਰ ਸਾਹਿਬ ਨੇ ਦਿੱਤਾ, ਮੈਂ ਉਹ ਲੈ ਲਿੱਤਾ ਨਕਸ਼ਾ ਵਗੈਰਾ, ਔਰ ਇਹਦਾ ਕੋਈ ਹੱਲ ਕੱਢਣ ਨਹੀਂ ਸੀ, ਪਰ ਮੈਂ ਹੁਣ ਐਲਾਨ ਨਹੀਂ ਅੱਜ ਕਰ ਸਕਦਾ, ਪਹਿਲਾਂ ਕੱਢਾਂਗੇ ਫਿਰ ਦੱਸਾਂਗੇ, ਪਹਿਲਾਂ ਮੈਂ ਕੱਢਣਾ ਹੱਲ ਕੱਢਣਾ ਫਿਰ ਤੁਹਾਨੂੰ ਦੱਸੂਗਾ ਮੈਂ। ਤੇ ਬਹੁਤ ਖੁਸ਼ੀ ਹੈ ਮੰਡੋਲੀ ਆ ਕੇ, ਕਨੌਰ ਹਲਕੇ 'ਚ ਆ ਕੇ, ਡਕਾਲਾ ਹਲਕਾ, ਸਮਾੜਾ ਹਲਕਾ, ਫਤਿਹਗੜ੍ਹ ਸਾਹਿਬ ਹਲਕਾ, ਸਾਰਾ ਹੀ ਉਰੇ ਆਇਆ, ਉਰੇ ਆਇਆ ਮੈਂ। ਬਹੁਤ ਧੰਨਵਾਦੀ ਤੁਹਾਡਾ ਸਾਰਿਆਂ ਦਾ, ਔਰ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਲੰਬੀ ਉਮਰ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।